ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰਾਸ਼ਨ ਕਾਰਡ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਜਿਹੜੀ ਕਿ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿਸ ਨੂੰ ਦੇਖ ਕੇ ਦੋਸਤੋ ਜੇ ਤੁਸੀਂ ਕੋਈ ਵੀ ਅਮਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਉਂਦੇ ਹੋ, ਠੀਕ ਹੈ, ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ, ਤਾਂ ਦੋਸਤੋ ਤੁਹਾਨੂੰ ਜਿਹੜਾ ਫ੍ਰੀ ਦਾ ਰਾਸ਼ਨ ਹੈ ਉਹ ਬੰਦ ਨਹੀਂ ਹੋਏਗਾ। ਨਹੀਂ ਤਾਂ ਦੋਸਤੋ ਜੇ ਤੁਸੀਂ ਗੌਰ ਨਹੀਂ ਕਰਦੇ ਇਸ ਗੱਲ 'ਤੇ ਤਾਂ ਤੁਹਾਡਾ ਜਿਹੜਾ ਫ੍ਰੀ ਦਾ ਰਾਸ਼ਨ ਹੈ ਉਹ ਬੰਦ ਹੋ ਸਕਦਾ ਹੈ। ਅਤੇ ਸਰਕਾਰ ਨੇ ਇਸ ਨੂੰ ਲੈ ਕੇ ਵੀ ਨਿਯਮ ਬਦਲ ਦਿੱਤੇ ਨੇ, ਅਤੇ ਤੁਸੀਂ ਇਹ ਜਲਦੀ ਹੀ ਜਲਦੀ ਵੀਡੀਓ ਦੇਖਣੀ ਹੈ ਕੀ ਕੁਝ ਆਇਆ ਸਰਕਾਰ ਦੀ ਅਪਡੇਟ ਰਾਸ਼ਨ ਕਾਰਡ ਨੂੰ ਲੈ ਕੇ। ਜਿਹੜੇ ਵੀ ਲੋਕ ਮੁਫਤ ਜਿਹੜੀ ਕਣਕ ਵਗੈਰਾ ਲੈ ਰਹੇ ਨੇ, ਠੀਕ ਹੈ, ਉਹਨਾਂ ਲਈ ਇਹ ਮੁਫਤ ਸਕੀਮ ਆਈ ਹੈ। ਕਿਹੜੇ ਕਿਹੜੇ ਲੋਕਾਂ ਨੂੰ ਇਹ ਸਕੀਮ ਕਰਵਾਉਣੀ ਪਏਗੀ, ਠੀਕ ਹੈ, ਸਾਰਿਆਂ ਨੂੰ ਨਹੀਂ, ਕਿਹਨਾਂ ਕਿਹਨਾਂ ਲੋਕਾਂ ਨੂੰ ਇੱਕ ਸਕੀਮ ਕਰਵਾਉਣੀ ਪਏਗੀ, ਕਿਉਂਕਿ ਦੋਸਤੋ ਕੁਝ ਹੀ ਲੋਕ ਨੇ ਜਿਨ੍ਹਾਂ ਦਾ ਰਾਸ਼ਨ ਫ੍ਰੀ ਵਾਲਾ ਰਾਸ਼ਨ ਬੰਦ ਹੋ ਸਕਦਾ ਹੈ। ਤਾਂ ਜ਼ਿਆਦਾ ਲੇਟ ਨਾ ਕਰਦੇ ਹੋਏ, ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਦੋਸਤੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ। ਹਾਂਜੀ ਦੋਸਤੋ, ਵੱਡੀ ਅਪਡੇਟ ਕੀ ਆਈ ਹੈ, ਹੁਣ ਸਿਰਫ ਇਹਨਾਂ ਲੋਕਾਂ ਨੂੰ ਹੀ ਮਿਲੇਗਾ ਮੁਫਤ ਰਾਸ਼ਨ। ਜਲਦੀ ਹੀ ਅਪਡੇਟ ਕਰੋ KYC ਰਾਸ਼ਨ ਕਾਰਡ, EKYC ਸਥਿਤੀ, ਯਾਨੀ ਕਿ ਜੇ ਤੁਹਾਡੀ KYC, ਠੀਕ ਹੈ ਜੀ, KYC ਜਿਹੜੀ ਕਿ ਰਾਸ਼ਨ ਕਾਰਡ ਦੇ ਨਾਲ ਜੇ ਨਹੀਂ ਹੋਈ, ਤਾਂ ਦੋਸਤੋ ਤੁਹਾਨੂੰ ਆਪਣੀ EKYC ਜਿਹੜੀ ਉਹ ਜਲਦੀ ਤੋਂ ਜਲਦੀ ਕਰਾਉਣੀ ਪਏਗੀ, ਤਾਂ ਜੋ ਤੁਹਾਨੂੰ ਜਿਹੜਾ ਰੈਗੂਲਰ ਰਾਸ਼ਨ ਮਿਲਦਾ ਰਹੇ। ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਅੰਗੂਠੇ ਵਗੈਰਾ ਨਹੀਂ ਲੱਗਦੇ, ਠੀਕ ਹੈ, ਇੱਕ ਤਰ੍ਹਾਂ ਦੇ ਇਹ ਉਹ ਗੱਲ ਹੁੰਦੀ ਹੈ ਕਿ ਆਪਣੇ ਹੱਥਾਂ ਦੇ ਨਿਸ਼ਾਨ ਆ ਜਿਹੜੇ ਉਹ ਆਉਂਦੇ ਨਹੀਂ ਮਸ਼ੀਨ ਦੇ ਵਿੱਚ, ਠੀਕ ਹੈ। ਇੱਕ ਵਾਰੀ ਹੁੰਦਾ EKYC ਨਹੀਂ ਹੁੰਦੀ ਅਤੇ ਉਹਨਾਂ ਦਾ ਨਾਮ ਹੀ ਕੱਟਿਆ ਜਾਵੇਗਾ। ਤਾਂ ਦੋਸਤੋ ਮੈਂ ਇਸੇ ਕਰਕੇ ਕਹਿ ਰਿਹਾ, ਜੇ ਤੁਹਾਡਾ ਨਾਮ ਕੱਟਿਆ ਗਿਆ ਤਾਂ ਤੁਹਾਨੂੰ ਦੁਬਾਰਾ ਤੋਂ ਰਾਸ਼ਨ ਕਾਰਡ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਏਗਾ, ਦੁਬਾਰਾ ਤੋਂ ਉਹ ਰਾਸ਼ਨ ਫਿਰ ਚਾਲੂ ਕਰਾਉਣਾ ਬਹੁਤ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਜਿਹੜਾ ਤੁਸੀਂ ਇਹ ਕੰਮ ਅੱਜ ਜ਼ਰੂਰ ਕਰਨਾ ਹੈ। ਤਾਂ ਦੋਸਤੋ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ ਰਾਸ਼ਨ ਕਾਰਡ EKYC ਇਲੈਕਟ੍ਰੋਨਿਕ ਆਪਣੇ ਗ੍ਰਾਹਕਾਂ ਨੂੰ ਜਾਣੋ, ਯਾਨੀ ਕਿ ਨੋ ਯੂਰ ਕਸਟਮਰ, ਠੀਕ ਹੈ। EKYC ਇੱਕ ਬਹੁਤ ਮਹੱਤਵਪੂਰਨ ਪ੍ਰਕਿਰਿਆ ਹੈ, ਇਹ ਸਰਕਾਰ ਨੂੰ ਲੈ ਕੇ ਇਹ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿ ਰਾਸ਼ਨ ਕਾਰਡ ਲਾਭ ਸਿਰਫ ਯੋਗ ਵਿਅਕਤੀਆਂ ਤੱਕ ਹੀ ਪਹੁੰਚ ਰਿਹਾ ਹੈ। ਜੇਕਰ ਤੁਸੀਂ EKYC ਨਹੀਂ ਕਰਵਾਉਂਦੇ ਤਾਂ ਤੁਹਾਡਾ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ। ਤਾਂ ਦੋਸਤੋ EKYC ਸਭ ਤੋਂ ਜ਼ਰੂਰੀ ਇਸ ਕਰਕੇ ਮੰਨਿਆ ਜਾ ਰਿਹਾ, ਕਿਉਂਕਿ ਦੋਸਤੋ ਸਰਕਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਇਹ ਰਾਸ਼ਨ ਹੈ ਉਹ ਜਿਹੜੇ ਯੋਗ ਲੋਕ ਨੇ, ਠੀਕ ਹੈ, ਯੋਗ ਵਿਅਕਤੀ ਨੇ, ਉਹਨਾਂ ਤੱਕ ਹੀ ਪਹੁੰਚ ਰਿਹਾ ਜਿਨ੍ਹਾਂ ਨੂੰ ਇਸ ਦੀ ਲੋੜ ਹੈ, ਨਾ ਕਿ ਜਿਹੜੇ ਦੂਸਰੇ ਲੋਕ ਨੇ ਉਹ ਵੀ ਇਸ ਦਾ ਫਾਇਦਾ ਉਠਾ ਰਹੇ ਨੇ। ਅਤੇ ਦੋਸਤੋ ਤੁਸੀਂ EKYC ਨਹੀਂ ਕਰਵਾਉਂਦੇ ਤਾਂ ਤੁਹਾਡਾ ਰਾਸ਼ਨ ਜਿਹੜਾ ਉਹ ਬੰਦ ਹੋ ਸਕਦਾ ਹੈ, ਤੁਹਾਨੂੰ ਫਿਰ ਰਾਸ਼ਨ ਨਹੀਂ ਮਿਲਣਾ। ਇਸ ਦੇ ਲਈ ਇਹ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਸਾਰੇ ਮੈਂਬਰ ਜਿਨ੍ਹਾਂ ਦਾ ਨਾਮ ਰਾਸ਼ਨ ਕਾਰਡ ਦੇ ਵਿੱਚ ਹੈ ਸਮੇਂ ਸਿਰ ਆਪਣਾ EKYC ਕਰਾਓ। ਹੁਣ EKYC ਤੁਹਾਨੂੰ ਦੱਸ ਦਈਏ ਕਿ ਕਿਵੇਂ ਹੋਏਗਾ। EKYC ਦੋਸਤੋ ਹੋਏਗਾ ਤੁਹਾਡੇ ਜਿੰਨੇ ਵੀ ਰਾਸ਼ਨ ਕਾਰਡ ਦੇ ਵਿੱਚ ਨਾਮ ਨੇ, ਠੀਕ ਹੈ, ਮੰਨ ਲਓ ਤੁਹਾਡੇ ਫੈਮਿਲੀ ਵਿੱਚ 5 ਜਣੇ ਨੇ, ਉਹਨਾਂ 5 ਦਾ ਨਾਮ ਰਾਸ਼ਨ ਕਾਰਡ ਦੇ ਵਿੱਚ ਹੈ, ਤਾਂ ਦੋਸਤੋ ਤੁਹਾਨੂੰ 5 ਨੂੰ ਹੀ EKYC ਕਰਾਉਣਾ ਹੋਵੇਗਾ। EKYC ਦੀ ਆਖਰੀ ਮਿਤੀ, ਠੀਕ ਹੈ ਜੀ, ਕੀ ਹੈ, ਇਸ ਦੀ ਗੱਲ ਕਰੀਏ ਤਾਂ ਸਰਕਾਰ ਨੇ EKYC ਆਖਰੀ ਮਿਤੀ 30 ਸਤੰਬਰ 2024 ਤੱਕ ਵਧਾ ਦਿੱਤੀ ਹੈ। ਪਹਿਲੇ 31 ਜੂਨ ਸੀ, ਹੁਣ ਇਹ ਸਤੰਬਰ ਤੱਕ ਵਧਾ ਦਿੱਤੀ ਹੈ। ਖਾਸ ਤੌਰ 'ਤੇ ਉਹਨਾਂ ਲਈ ਰਾਜ ਦਾ ਜੋ ਆਪਣੇ ਰਾਜ ਤੋਂ ਬਾਹਰ ਕੰਮ ਕਰਦੇ ਹਨ। EKYC ਨਾ ਸਿਰਫ ਤੁਹਾਡੇ ਰਾਸ਼ਨ ਦੀ ਨਿਰੰਤਰ ਨੂੰ ਯਕੀਨੀ ਬਣਾਉਂਦਾ ਹੈ, ਬਲਕਿ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੇ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਸਮੇਂ ਸਿਰ ਆਪਣੀ EKYC ਜ਼ਰੂਰ ਕਰਵਾ ਲਓ। EKYC ਜਿਹੜੀ ਸਰਲ ਵੀ ਹੈ ਅਤੇ ਮੁਫਤ ਵੀ ਹੈ। ਹੁਣ ਤੁਸੀਂ 1 ਰੁਪਿਆ ਨਹੀਂ ਦੇਣਾ EKYC ਕਰਵਾਉਣ ਵੇਲੇ। EKYC ਪ੍ਰਕਿਰਿਆ ਪੂਰੀ ਤਰ੍ਹਾਂ ਮੁਫਤ ਹੈ। ਤੁਸੀਂ ਆਪਣੀ ਸਥਾਨਕ ਰਾਸ਼ਨ ਦੀ ਦੁਕਾਨ ਯਾਨੀ ਕਿ ਡਿਪੂ ਹੋਲਡਰ 'ਤੇ ਜਾ ਕੇ ਫਿੰਗਰਪ੍ਰਿੰਟ ਮਸ਼ੀਨ ਰਾਹੀਂ ਇਸ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।
ਯਾਦ ਰੱਖੋ ਪਰਿਵਾਰ ਦੇ ਹਰੇਕ ਮੈਂਬਰ ਜਿਸਦਾ ਨਾਮ ਰਾਸ਼ਨ ਕਾਰਡ ਦੇ ਵਿੱਚ ਹੈ ਨੂੰ ਵੱਖਰੇ ਤੌਰ 'ਤੇ EKYC ਕਰਾਉਣਾ ਹੈਗਾ। ਵੱਖਰੇ ਤੌਰ ਮਤਲਬ ਕਿ ਹਰੇਕ ਨੂੰ ਉਸ ਮਸ਼ੀਨ ਦੇ ਉੱਤੇ ਅੰਗੂਠਾ ਜਾਂ ਫਿਰ ਆਪਣਾ EKYC ਦਾ ਪਰੂਫ ਦੇ ਕੇ ਆਉਣਾ ਪਏਗਾ। ਠੀਕ ਹੈ ਜੀ, ਪਹਿਲੀ ਗੱਲ ਤਾਂ ਉੱਥੇ ਜਿਹੜਾ EKYC ਹੁੰਦਾ ਉਹ ਅੰਗੂਠੇ ਦਾ ਨਿਸ਼ਾਨ ਜਾਂ ਫਿਰ ਕਿਸੇ ਵੀ ਜਿਹੜੀ ਉਂਗਲ ਦਾ ਨਿਸ਼ਾਨ ਤੁਹਾਡਾ ਹੁੰਦਾ ਹੈ ਉਹੀ ਤੁਸੀਂ ਉੱਥੇ ਜਾ ਕੇ ਬਾਇਓਮੈਟ੍ਰਿਕ ਕਰੋਗੇ, ਤਾਂ ਹੀ ਤੁਹਾਡੀ ਇਹ ਜਿਹੜੀ ਹੈ ਸਥਿਤੀ ਸਹੀ ਮੰਨੀ ਜਾਏਗੀ ਕਿ ਤੁਸੀਂ ਜੈਨੂਨ ਬੰਦੇ ਹੋ ਰਾਸ਼ਨ ਲੈਣ ਵਾਲੇ। ਤਾਂ ਅੱਗੇ ਕੀ ਹੈ ਜੀ, EKYC ਦੀ ਸਥਿਤੀ ਦੀ ਜਾਂਚ। ਇਸਦਾ ਮਤਲਬ ਹੈ ਕਿ EKYC ਜੇ ਤੁਸੀਂ ਕਰਵਾ ਚੁੱਕੇ ਹੋ ਜਾਂ ਫਿਰ ਤੁਹਾਡੀ ਹੋ ਚੁੱਕੀ ਹੈ ਕਿ ਨਹੀਂ ਹੋ ਚੁੱਕੀ, ਇਹ ਸਾਰਾ ਕੁਝ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਉਸਦੇ ਕੀ ਤਰੀਕੇ ਨੇ, ਤਾਂ ਤੁਸੀਂ ਦੋ ਤਰੀਕਿਆਂ ਦੇ ਨਾਲ ਆਪਣੀ EKYC ਸਥਿਤੀ ਦੀ ਜਾਂਚ ਕਰ ਸਕਦੇ ਹੋ। ਪਹਿਲਾ ਕਿਹੜਾ ਹੈ, ਤੁਸੀਂ ਧਿਆਨ ਨਾਲ ਸੁਣਿਆ, ਔਨਲਾਈਨ ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਵਸਨੀਕ ਆਪਣੀ ਸਥਿਤੀ ਦੀ ਔਨਲਾਈਨ ਜਾਂਚ ਕਰ ਸਕਦੇ ਨੇ। ਜਿਹੜੇ ਸਿਰਫ ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਲੋਕ ਨੇ ਉਹ ਔਨਲਾਈਨ ਵੀ ਆਪਣੀ EKYC ਦੇਖ ਸਕਦੇ ਨੇ ਕਿ ਸਾਨੂੰ ਜਿਹੜਾ EKYC ਸਾਡੀ ਕੰਪਲੀਟ ਹੋ ਚੁੱਕੀ ਹੈ, ਸਾਨੂੰ ਡਰਨ ਦੀ ਲੋੜ ਨਹੀਂ ਹੈ। ਦੂਸਰਾ ਆਪਸ਼ਨ ਹੈ ਔਫਲਾਈਨ, ਦੂਜੇ ਰਾਜਾਂ ਦੇ ਵਸਨੀਕ ਜਿਹੜੇ ਦੂਸਰੇ ਰਾਜ ਨੇ ਜਿਵੇਂ ਹਰਿਆਣਾ, ਪੰਜਾਬ, ਠੀਕ ਹੈ ਜੀ, ਦਿੱਲੀ ਹੋ ਗਿਆ, ਬਿਹਾਰ ਹੋ ਗਿਆ, ਇਹਨਾਂ ਦੇ ਵਸਨੀਕਾਂ ਨੂੰ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਪਣੇ ਸਥਾਨਕ ਰਾਸ਼ਨ ਡਿਪੂ ਹੈ ਜਿਹੜਾ ਉਸਦੀ ਡਿਪੂ ਹੋਲਡਰ ਕੋਲ ਜਾਣਾ ਜਾਂ ਦੁਕਾਨ 'ਤੇ ਜਾਣਾ ਪਏਗਾ। ਕਹਿਣ ਦਾ ਮਤਲਬ ਇਹ ਕਿ ਤੁਹਾਨੂੰ ਖੁਦ ਜਿੱਥੇ ਤੁਹਾਨੂੰ ਰਾਸ਼ਨ ਮਿਲਦਾ ਹੈ ਉੱਥੇ ਤੁਸੀਂ ਡਿਪੂ ਹੋਲਡਰ ਕੋਲ ਜਾਓਗੇ ਅਤੇ ਉੱਥੇ ਤੁਸੀਂ ਸਮਾਨ ਹੈ ਜਿਹੜਾ ਆਪਣਾ ਜਿਹੜਾ EKYC ਹੈ ਉਹ ਲੈ ਕੇ ਆਓਗੇ, ਤਾਂ ਜੋ ਤੁਹਾਨੂੰ ਜਿਹੜਾ ਵੀ ਸਮਾਨ ਮਿਲਦਾ ਹੈ ਡਿਪੂ ਅਤੇ ਰਾਸ਼ਨ 'ਤੇ ਉਹ ਤੁਹਾਡਾ ਬੰਦ ਨਾ ਹੋ ਜਾਵੇ। ਹੁਣ EKYC ਦੀ ਗੱਲ ਕਰੀਏ ਤਾਂ ਸਥਿਤੀ ਨੂੰ ਔਨਲਾਈਨ ਚੈੱਕ ਕਰਨ ਦੀ ਪ੍ਰਕਿਰਿਆ ਕੀ ਹੈ। ਸਭ ਤੋਂ ਪਹਿਲਾਂ ਰਾਸ਼ਨ ਕਾਰਡ ਦੀ ਹੈ ਅਧਿਕਾਰਿਕ ਵੈਬਸਾਈਟ 'ਤੇ ਤੁਸੀਂ ਜਾਣਾ ਹੈ, ਰਾਸ਼ਨ ਕਾਰਡ ਦੀ ਨਵੀਂ ਸੂਚੀ ਵਿਕਲਪ 'ਤੇ ਤੁਸੀਂ ਕਲਿੱਕ ਕਰਨਾ ਹੈ, ਅਤੇ ਤੀਸਰਾ ਨੰਬਰ 'ਤੇ ਨਵੇਂ ਪੰਨੇ 'ਤੇ ਲੋੜੀਂਦੇ ਦਸਤਾਵੇਜ਼ ਦਾਖਲ ਕਰੋ। ਜਿਹੜੇ ਵੀ ਨਵੇਂ ਇੱਕ ਪੰਨਾ ਖੁੱਲ੍ਹ ਜਾਏਗਾ ਉੱਥੇ ਤੁਸੀਂ ਆਪਣਾ ਜਿਹੜੇ ਵੀ ਦਸਤਾਵੇਜ਼ ਇਹਨਾਂ ਨੇ ਮੰਗੇ ਨੇ ਉਸ ਹਿਸਾਬ ਨਾਲ ਤੁਸੀਂ ਜਿਹੜੀ ਵੀ ਇਨਫੋਰਮੇਸ਼ਨ ਦੇਣੀ ਹੈ ਤੁਸੀਂ ਦੇ ਸਕਦੇ ਹੋ। ਸਬਮਿਟ 'ਤੇ ਬਾਅਦ ਕਲਿੱਕ ਕਰਨਾ ਹੈ, ਉਸ ਤੋਂ ਬਾਅਦ ਰਾਸ਼ਨ ਕਾਰਡਾਂ ਦੀ ਇੱਕ ਨਵੀਂ ਸੂਚੀ ਤਿਆਰ ਹੋ ਜਾਵੇਗੀ। ਜੇਕਰ ਤੁਸੀਂ ਸੂਚੀ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ PDF ਦੇ ਬਟਨ 'ਤੇ ਕਲਿੱਕ ਕਰਨਾ ਹੈ, ਅਤੇ ਤੁਹਾਡੀ ਜਿਹੜੀ ਸੂਚੀ ਹੈ ਜਿਨ੍ਹਾਂ ਦਾ EKYC ਹੋ ਚੁੱਕਿਆ ਉਹ ਆਟੋਮੈਟਿਕ ਹੀ ਆ ਜਾਵੇਗੀ। ਤਾਂ ਅੱਗੇ ਕੀ ਹੈ ਜੀ, ਰਾਸ਼ਨ ਕਾਰਡ ਦੀ EKYC ਇੱਕ ਮਹੱਤਵਪੂਰਨ ਪ੍ਰਕਿਰਿਆ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਰਾਸ਼ਨ ਅਤੇ ਹੋਰ ਸਰਕਾਰੀ ਲਾਭਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦੀ ਹੈ। ਇਹ ਇੱਕ ਸਧਾਰਨ ਅਤੇ ਮੁਫਤ ਪ੍ਰਕਿਰਿਆ ਹੈ ਜੋ ਤੁਸੀਂ ਆਪਣੇ ਸਥਾਨਕ ਕਰਿਆਨੇ ਦੀ ਦੁਕਾਨ 'ਤੇ ਪੂਰੀ ਕਰ ਸਕਦੇ ਹੋ। ਯਾਦ ਰੱਖੋ ਆਖਰੀ ਮਿਤੀ 30 ਸਤੰਬਰ 2024 ਹੈ। ਆਪਣੀ EKYC ਦੀ ਸਥਿਤੀ ਜਾਣ ਅਤੇ ਲੋੜ ਪੈਣ 'ਤੇ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ ਤਾਂ ਜੋ ਤੁਸੀਂ ਲਾਭਾਂ ਤੋਂ ਜਿਹੜੇ ਬਾਂਝੇ ਨਾ ਰਹਿ ਸਕੋ। ਤਾਂ ਮੇਨ ਗੱਲ ਇਹੀ ਹੈ ਕਿ 30 ਜਿਹੜੀ ਤਰੀਕ ਹੈ, 30 ਸਤੰਬਰ ਤਰੀਕ ਹੈ, ਇਸ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਵੀ ਤੁਹਾਡੀ ਦੁਕਾਨ ਪੈਂਦੀ ਹੈ, ਠੀਕ ਹੈ, ਡਿਪੂ ਹੋਲਡਰ ਦੀ ਦੁਕਾਨ ਪੈਂਦੀ ਹੈ, ਉਸ 'ਤੇ ਵਿਜਿਟ ਕਰਨਾ ਹੈ। ਤਾਂ ਉੱਥੇ ਜਿਹੜੀ ਮਸ਼ੀਨ ਹੈ, ਠੀਕ ਹੈ ਜੀ, ਤੁਹਾਡਾ ਇੱਕ ਆਧਾਰ ਕਾਰਡ ਤੁਸੀਂ ਨਾਲ ਲੈ ਜਾਣਾ ਹੈ। ਆਧਾਰ ਕਾਰਡ ਨਾਲ ਲੈ ਕੇ ਜਾਓਗੇ ਜਦੋਂ ਤੁਸੀਂ, ਉਸ ਆਧਾਰ ਕਾਰਡ ਦੇ ਤੁਹਾਨੂੰ ਅਪਡੇਟ ਹੋ ਜਾਏਗਾ, ਤੁਹਾਡਾ ਅੰਗੂਠਾ ਲੱਗ ਜਾਏਗਾ, ਉਸ ਤੋਂ ਬਾਅਦ ਤੁਹਾਨੂੰ ਡਿਪੂ ਹੋਲਡਰ ਕਹੇਗਾ ਵੀ ਤੁਹਾਡੀ EKYC ਹੋ ਗਈ, ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਜਦੋਂ ਇੱਕ ਵਾਰੀ ਉਹ ਹੋ ਗਿਆ ਦੋਸਤੋ, ਫਿਰ ਉਸ ਤੋਂ ਬਾਅਦ ਤੁਹਾਨੂੰ ਕੀ ਹੈ, ਜਦੋਂ ਵੀ ਜਿਹੜਾ ਵੀ ਰਾਸ਼ਨ ਆਇਆ ਕਰੇਗਾ ਉਹ ਹਮੇਸ਼ਾ ਮਿਲਿਆ ਕਰੇਗਾ। ਇਹ ਨਹੀਂ ਹੋਏਗਾ ਕਿ ਤੁਹਾਡਾ ਰਾਸ਼ਨ ਆ ਗਿਆ ਜਾਂ ਫਿਰ ਤੁਹਾਡਾ ਪਰਿਵਾਰ ਦਾ ਕੋਈ ਮੈਂਬਰ ਗਿਆ, ਉਹ ਮਸ਼ੀਨ ਇਹ ਜਵਾਬ ਦੇ ਕਿ ਤੁਸੀਂ ਤਾਂ ਉਰੇ 'ਤੇ ਲਿਸਟਡ ਹੀ ਨਹੀਂ ਹੋ, ਅਤੇ ਸਾਰਿਆਂ ਦੀ EKYC ਹੋ ਗਈ ਅਤੇ ਕੋਈ ਵੀ ਜਣਾ ਹੈ ਜਿਹੜਾ ਜਾ ਕੇ ਰਾਸ਼ਨ ਲੈ ਸਕਦਾ। ਸਰਕਾਰ ਨੇ ਇਹ ਤਾਂ ਚਲਾਇਆ ਦੋਸਤੋ ਕਿਉਂਕਿ ਬਹੁਤ ਹੀ ਸਾਰੇ ਫਰੋਡ ਹੋ ਰਹੇ ਨੇ। ਲੋਕਾਂ ਨੇ ਆਪਣੇ ਘਰ ਦੇ 4-4, 5-5 ਜਣੇ ਇਹੋ ਜਿਹੇ ਨਾਮ ਲਿਖਾਏ ਨੇ ਜਿਹੜੇ ਕਿ ਉਹਨਾਂ ਦੇ ਘਰ ਵਿੱਚ ਕਿ ਪੂਰੀ ਦੁਨੀਆ ਦੇ ਵਿੱਚ ਹੀ ਨਹੀਂ ਹੁੰਦੇ।
ਤਾਂ ਇਸ ਕਰਕੇ ਸਰਕਾਰ ਨੂੰ ਇਹ ਸ਼ਿਕਾਇਤਾਂ ਆ ਰਹੀਆਂ ਸੀ ਕਿ ਫਲਾਣਾ ਬੰਦਾ ਜ਼ਿਆਦਾ ਆਪਣੇ ਦਾਣੇ ਲੈ ਰਿਹਾ, ਠੀਕ ਹੈ, ਇਹੋ ਜਿਹੀਆਂ ਚੀਜ਼ਾਂ ਆ ਰਹੀਆਂ ਸੀ, ਉਸ ਦੇ ਘਰ ਵੀ ਨਹੀਂ ਰਹਿੰਦਾ, ਉਹ ਬਾਹਰ ਗਿਆ ਹੋਇਆ ਤਾਂ ਵੀ ਉਹ ਦਾਣੇ ਲੈਂਦਾ ਹੈ, ਇਹ ਸਾਰੀਆਂ ਚੀਜ਼ਾਂ ਹੋਈਆਂ ਸੀ। ਹੁਣ ਸਰਕਾਰ ਉਹਨਾਂ ਨੂੰ ਹੀ ਪੈਸੇ ਦੇਵੇਗੀ ਜਿਹੜੇ ਕਿ ਭਾਰਤ ਦੇ ਵਿੱਚ ਉਸ ਪਰਿਵਾਰ ਦੇ ਵਿੱਚ BPL ਪਰਿਵਾਰ ਦੇ ਵਿੱਚ ਬੰਦੇ ਰਹਿ ਰਹੇ ਨੇ, ਨਾ ਕਿ ਫਾਲਤੂ ਲੋਕਾਂ ਨੂੰ ਇਹ ਸਮਾਨ ਦੇਵੇਗੀ, ਕਿਉਂਕਿ ਦੋਸਤੋ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦਾ ਵੀ ਹੱਕ ਇਸ ਤਰੀਕੇ ਦੇ ਨਾਲ ਮਾਰਿਆ ਜਾਂਦਾ ਹੈ। ਤਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਮੇਨ ਗੱਲ ਇਹ ਹੈ ਕਿ ਤੁਸੀਂ ਡੀਪੂ ਹੋਲਡਰ ਕੋਲ ਜਾਣਾ ਹੈ ਅਤੇ ਆਪਣੀ EKYC ਜ਼ਰੂਰ ਕਰਾਉਣੀ ਹੈ। 30 ਤਰੀਕ ਇਹਦੀ ਲਾਸਟ ਹੈ। ਧੰਨਵਾਦ ਜੀ।